और इस तरह का कोई भी नहीं है कि गल के पाकिस्तान जाओगे तो थोड़ा वीज़ा जी फॉरेन कंट्रीज़ वास्ते नहीं लगेगा, इस तरह का कोई गल नहीं है। मेरे हस्बैंड आप कैनेडा तो होके आए ने पहला, तो इस तरह का कोई नहीं है। ये तो आपसी भाईचारा और सांझ है वधाउण दा एक जरिया आ, तो परमात्मा सारिया ते कृपा करन। और ओबवियस है कि मेरे नाल दे साथी मेरे जॉब विच जड़े ने वह जरूर आएंगे, और मैं कोशिश करूँगी कि नैक्सट ईयर या जून की वकेशन से आप जरूर सारे इकट्ठे आईए। मैं गुरदासपुर, मेरा जिला वा जी, गुरदासपुर जिले के छोटा जहा पिंड है कोटला शरफ। छोटा जहा के हिसाब से आबादी के लिहाज ना? आबादी के हिसाब से छोटा वा जी, बाकी पिंडा के हिसाब से जो साडे पिंड की आबादी थोड़ी घट है जी। ये तो देखो एक दूसरा इंटरनेशनल देश आ जाता पाकिस्तान, असी सारे अपने सिख भरावां और भैणां नूं यही आस करते सारे एक बार आओ जरूर दर्शन दीदार करन। ते जो रोज़ की अरदास असी कहने कि जिन्हां गुरद्वारियां गुरधामां तो आप जी के पंथ नूं विछोड़िया गया है तिन्हां दे खुले दर्शन दीदार अपने खालसा पंथ नूं बख्शो। तो वाहिगुरू अगे अरदास करते हैं कि सारा ही ये रस्ता खुले और आपसी भाईचारा जिहड़ा है वह वधे, और वाहिगुरू सारिआं ते मेरा भरिआ हथ रखण। अस्सलाम वालेकुम, सत श्री अकाल, प्रणाम दोस्तों। एक पिंड पंजाब दा चैनल दी टीम अज पहुंची है जी ननकाणा साहब। 554वां गुरपुरब दा सिलसिला जारी आ, इत्थे संगतां आईआं चढ़दे पंजाब तों, उन्हां नूं पुछदे आ कि उह की विचार लै के आईआं ते किहड़े इलाकिआं चों आईआं। पहले तो वेलकम कर दें जी तुहानूं। जी आया नूं खालसा वाहिगुरू जी की फतेह जी। फतेह जी, अपना नाम दसो की है? मेरा नाम बलदीप सिंह है जी। अच्छा, ते इलाका मेरा हैगा चढ़दा पंजाब, मोगा जिला है मेरा। अच्छा, ते पिंड रामू वाला। ਪਿੰਡ ਰਾਮੂ ਵਾਲਾ ਨਾਮ। ਅੱਛਾ ਅੱਛਾ, ਮੋਗਾ ਕਹਿੰਦੇ ਚਾਹ ਜੋਗਾ ਕਹਿੰਦੇ ਹੁੰਦੇ ਅਕਸਰ, ਸਾਰੇ ਕਾਸੇ ਜੋਗਾ ਹੀ ਆ ਹੈ, ਜਿਹੜਾ ਮਰਜ਼ੀ ਕਰਵਾ ਲਓ ਤੁਸੀਂ। ਪਹਿਲੀ ਵਾਰੀ ਆਏ? ਨਹੀਂ, ਮੈਂ ਦੂਜੀ ਤੀਜੀ ਵਾਰ ਆਇਆ। ਤੀਜੀ ਵਾਰੀ ਆਇਆ, ਕੀ ਫਰਕ ਮਹਿਸੂਸ ਕਰਦੇ ਆ? ਪਹਿਲੇ ਵੀ ਤੁਸੀਂ ਆਏ ਸੀ, ਹੁਣ ਦੁਬਾਰਾ ਆਏ ਆ? ਨਹੀਂ, ਚੰਗਾ ਪ੍ਰਬੰਧ ਹੋ ਰਿਹਾ ਅੱਗੇ ਨਾਲੋਂ, ਹਨਾ, ਹੋਰ ਬੜੇ ਸੋਹਣੇ ਸੋਹਣੇ ਸੁਧਾਰ ਹੋ ਰਹੇ ਆ ਜਿਹੜੇ ਇੱਥੋਂ ਦੇ ਪ੍ਰਬੰਧਕਾਂ ਦੁਆਰਾ, ਸਰਕਾਰ ਦੁਆਰਾ ਕੀਤੇ ਜਾ ਰਹੇ ਆ, ਰਹਿਸ਼ਾਂ ਨੂੰ ਲੈ ਕੇ ਹੋ ਗਏ, ਹੋਰ ਚੀਜ਼ਾਂ ਨੂੰ ਲੈ ਕੇ ਹੋ ਗਿਆ ਨਾ, ਅਕੋਮੋਡੇਸ਼ਨ ਸਾਰਾ ਬਹੁਤ ਵਧੀਆ ਹੈ ਅਤੇ ਬਹੁਤ ਚੰਗਾ ਹੈ, ਪੋਜ਼ਿਟਿਵ ਐਨਰਜੀ ਮਿਲਦੀ ਆ ਉਹਦੇ ਨਾਲ, ਹੈ ਨਾ, ਇਹ ਚੰਗਾ ਆ ਰਿਹਾ ਜੀ। ਆਪਣੀ ਯੂਥ ਕਿਉਂ ਨਹੀਂ ਆਉਂਦੀ? ਯੂਥ ਨੂੰ ਆਉਣਾ ਚਾਹੀਦਾ, ਕਿਉਂਕਿ ਯੂਥ ਸੋਸ਼ਲ ਮੀਡੀਆ 'ਤੇ ਐਕਟਿਵ ਆ, ਬਹੁਤ ਸਾਰੇ ਪਲੇਟਫਾਰਮ ਆ ਜਿੱਥੇ ਉਹ ਜਾ ਕੇ ਇਹ ਵੀਡੀਓ ਇੱਥੋਂ ਦੀਆਂ ਜਾਂ ਇੱਥੋਂ ਦੇ ਲੋਕਾਂ ਦੇ ਜਿਹੜੇ ਰਵੱਈਏ ਤੁਹਾਡੇ ਨਾਲ ਉਹ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਸਕਦੇ? ਨਹੀਂ, ਹੁਣ ਮੇਰੇ ਹਿਸਾਬ ਨਾਲ ਨਾ ਸ਼ਾਇਦ ਇਹ ਗੱਲ ਪੁਰਾਣੀ ਹੋ ਗਈ ਆ, ਜਦੋਂ ਆਪਾਂ ਕਹਿੰਦੇ ਸੀ ਯੂਥ ਨਹੀਂ ਆਉਂਦੀ, ਹੁਣੇ ਆਵਣਗੇ ਨਾ ਤੁਸੀਂ, ਤੁਸੀਂ ਉਹਦੇ ਵਿੱਚ ਦੇਖਣਾ ਕਾਫੀ ਯੂਥ ਆਈ ਹੋਈ ਹੈ, ਹਨਾ, ਉਹ ਹੌਲੀ ਹੌਲੀ ਜਿਵੇਂ ਜਿਵੇਂ ਜਿੰਨੇ ਕੁ ਵੀਜੇ, ਹਨਾ, ਜਿਹਨੂੰ ਜਿਹਨੂੰ ਬਾਬਾ ਸੱਦ ਮਾਰ ਲੈਂਦਾ ਹੈਗਾ ਹੈ ਅਤੇ ਬਾਬੇ ਦੇ ਸੱਦ ਮਾਰਨ 'ਤੇ ਆ, ਉਹ ਇੱਥੋਂ ਤੱਕ ਪਹੁੰਚ ਜਾਂਦਾ ਹੈਗਾ, ਅਤੇ ਕਾਫੀ ਯੂਥ ਆ ਰਹੀ ਆ ਹੁਣ ਤਾਂ। ਟੋਟਲ ਕਿੰਨੇ ਲੋਕ ਆਏ ਆ ਚੜ੍ਹਦੇ ਤੋਂ? ਚੜ੍ਹਦੇ ਤੋਂ ਕੋਈ ਜਿਹੜਾ ਪਤਾ ਲੱਗਾ 2500-2600 ਬੰਦਾ ਹੈਗਾ ਹੈ ਜੀ। 2900 ਕਹਿ ਰਹੇ ਆ? 2900 ਸੀਗਾ, ਹਨਾ, ਵਿੱਚ ਕਈ ਵਾਰੀ ਕੁਛ ਬੰਦੇ ਅੱਗੇ ਪਿੱਛੇ ਹੋ ਜਾਂਦੇ ਹੈਗੇ ਨੇ, ਨਹੀਂ ਆ ਪਾਉਂਦੇ ਗੇ, ਹਾਂ, ਉਹਦੇ ਕਰਕੇ ਉਹੀ ਚੀਜ਼ ਹੈ ਬਸ। ਇਹ ਪਤਾ ਕਿ ਟੋਟਲ ਅਪਲਾਈ ਕਿੰਨੇ ਲੋਕਾਂ ਨੇ ਕੀਤਾ ਸੀ? ਤਕਰੀਬਨ ਸੁਣ ਦੇ ਵਿੱਚ ਆਇਆ ਕੀਤਾ ਸੀਗਾ ਵੀ ਕੋਈ ਮੈਂ 6000 ਪਲੱਸ ਸੀਗੇ, ਉੱਤੇ ਹੀ ਸੀਗੇ ਉਹ ਜਿਹਨੇ ਕੀਤਾ ਸ਼ਾਇਦ। ਅੱਛਾ, ਜਿਹੜਾ ਰਿਜੈਕਟ ਕਰ ਦਿੰਦੇ, ਕਹਿੰਦੇ ਜੀ ਪਾਕਿਸਤਾਨੀ ਅੰਬੈਸੀ ਨੇ ਵੀਜ਼ਾ ਰਿਜੈਕਟ ਕਰ ਦਿੱਤਾ ਜਾਂ ਰਿਫਿਊਜ਼ ਕਰਤਾ ਆ, ਅਤੇ ਉਹ ਜਿਹੜੇ ਬੰਦੇ ਆ ਜਿਨ੍ਹਾਂ ਦਾ ਵੀਜ਼ਾ ਰਿਜੈਕਟ ਰਿਫਿਊਜ਼ ਹੁੰਦਾ, ਉਹ ਆਪਣਾ ਪਾਸਪੋਰਟ 'ਤੇ ਦੇਖਦੇ ਵੀ ਵੀ ਰਿਜੈਕਸ਼ਨ ਜਾਂ ਰਿਫਿਊਜ਼ ਜਿਹੜਾ ਲਿਖਿਆ ਹੁੰਦਾ ਉਹਦੀ ਮੋਹਰ ਲੱਗੀ ਹੁੰਦੀ ਆ? ਨਹੀਂ, ਇਹਦੇ ਬਾਰੇ ਦੇ ਵਿੱਚ ਤਾਂ ਮੈਂ ਕਹਿ ਨਹੀਂ ਸਕਦਾ ਕਿਉਂਕਿ ਮੈਂ ਕਦੇ ਖੁਦ ਨਹੀਂ ਚੈੱਕ ਕੀਤਾ ਗਾ, ਹੈ ਨਾ, ਵੀ ਜਿਹੜਾ ਉਹ ਰਿਜੈਕਸ਼ਨ ਵਾਲੀ ਉਹਦੇ 'ਤੇ ਕੋਈ ਮੋਹਰ ਲੱਗੀ ਆ ਕਿ ਨਹੀਂ ਲੱਗੀ ਗੀ, ਹੈ ਨਾ, ਪਰ ਜਿਵੇਂ ਇੱਕ ਆਮ ਧਾਰਨਾ ਹੁੰਦੀ ਹੈ ਨਾ, ਜਦੋਂ ਆਪਾਂ ਕਹਿ ਦਿੰਦੇ ਹਾਂ ਵੀ ਨਹੀਂ ਮਿਲਿਆ, ਹੈ ਨਾ, ਅਤੇ ਉਹ ਪੇਂਡੂ ਭਾਸ਼ਾ 'ਚ ਹੋ ਜਾਂਦਾ ਵੀ ਰਿਜੈਕਟ ਕਰ ਦਿੱਤਾ, ਹੈ ਨਾ, ਰਿਜੈਕਸ਼ਨ ਲੱਗ ਗਈ ਆ, ਹੈ ਨਾ, ਵੀ ਉਹ ਮੈਂ ਖੁਦ ਪਰਸਨਲੀ ਨਹੀਂ ਦੇਖੇ, ਇਸ ਲਈ ਮੈਂ ਇਹਦੇ 'ਤੇ ਕੁਛ ਨਹੀਂ ਕਹਿ ਸਕਦਾ ਗਾ, ਪਰ ਉਹ ਜਿਵੇਂ ਹੁੰਦਾ ਬਸ ਇੱਕ। ਆਪਣਾ ਕੀ ਨਾਮ? ਮੇਰਾ ਨਾਮ ਜਤਿੰਦਰਪਾਲ ਸਿੰਘ ਜੀ। ਅੱਛਾ ਜੀ, ਤੁਸੀਂ ਵੀ ਮੋਗੇ ਤੋਂ? ਨਹੀਂ ਜੀ, ਮੈਂ ਗੁਰਦਾਸਪੁਰ, ਮੇਰਾ ਜ਼ਿਲ੍ਹਾ ਵਾ ਜੀ, ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਛੋਟਾ ਜਿਹਾ ਪਿੰਡ ਆ ਕੋਟਲਾ ਸ਼ਰਫ। ਛੋਟਾ ਜਿਹਾ ਕਿਸ ਹਿਸਾਬ ਨਾਲ? ਆਬਾਦੀ ਦੇ ਲਿਹਾਜ਼ ਨਾਲ? ਆਬਾਦੀ ਦੇ ਹਿਸਾਬ ਨਾਲ ਛੋਟਾ ਵਾ ਜੀ, ਬਾਕੀ ਪਿੰਡਾਂ ਦੇ ਹਿਸਾਬ ਨਾਲ ਜਿਹੜਾ ਸਾਡੇ ਪਿੰਡ ਦੀ ਆਬਾਦੀ ਥੋੜ੍ਹੀ ਘੱਟ ਆ ਜੀ। ਇਹ ਬਟਾਲੇ ਦੇ ਤੋਂ 7 ਕਿਲੋਮੀਟਰ ਜਿਹੜਾ ਵਾ ਇਹ ਅੰਮ੍ਰਿਤਸਰ ਰੋਡ 'ਤੇ ਪੈਂਦਾ ਜੀ। ਬਾਜੀ ਹੁਣੀ ਤੁਹਾਡੇ ਨਾਲ ਆਇਆ? ਹਾਂਜੀ, ਇਹ ਮੇਰੇ ਸਿੰਘਣੀ ਆ ਜੀ। ਅੱਛਾ, ਆਪਣਾ ਕੀ ਨਾਮ ਆ ਜੀ? ਗੁਰਵਿੰਦਰ ਕੌਰ ਜੀ। ਤੁਸੀਂ ਤਾਂ ਪਹਿਲੀ ਵਾਰੀ ਆਏ ਹੋ ਜੀ? ਫਸਟ ਟਾਈਮ, ਪਹਿਲੀ ਵਾਰ। ਕਿਦਾਂ ਲੱਗਾ ਇੱਥੇ ਆ ਕੇ? ਗੁਰੂ ਸਾਹਿਬ ਦੀ ਤੇ ਧਰਤੀ ਤੇ ਆ ਕੇ ਤੇ ਆਨੰਦ ਹੀ ਹੁੰਦਾ ਆ, ਔਰ ਪਰਮਾਤਮਾ ਨੇ ਅਕਸਰ ਡਰਾਇਆ ਹੁੰਦਾ ਯੂਥ ਨੂੰ, ਤੁਸੀਂ ਵੀ ਹੁਣ ਯੂਥ 'ਚ ਸ਼ਾਮਲ ਹੋ ਜੀ, ਵੀ ਇੱਥੇ ਗਿਆ ਪਤਾ ਨਹੀਂ ਕਿਸੇ ਹੋਰ ਮੁਲਕ ਦਾ ਵੀਜ਼ਾ ਨਹੀਂ ਲੱਗਣਾ ਹੈਗਾ? ਨਹੀਂ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਨਾਲੇ ਜਿੱਥੇ ਗੁਰੂ ਸਾਹਿਬ ਜੀ ਨੇ ਆਪ ਬੁਲਾ ਕੇ ਆਪਣੇ ਦਰਸ਼ਨ ਕਰਾ ਲਏ, ਸੇਵਾ ਕਰਾ ਲਈ, ਤੇ ਫਿਰ ਬਾਕੀ ਦੀ ਤੇ ਕੋਈ ਜ਼ਰੂਰਤ ਹੀ ਨਹੀਂ ਹੈ ਸਾਨੂੰ।
कि हर कोई फ्यूचर अपनी जॉब अपरचुनिटीज़ लिए बाहर जाता है तो सानू सब तो पहला तो अपनी सिखी नाल कि असी अपने पहले गुरु साहब जी की जिथे ज़्यादा जन्म स्थान है उन्होंने उस धरती आके असी नतमस्तक होए हैं तो वाहेगुरू जी की अपार कृपा आ कि उन्होंने ये मौका दिता और फस्ट टाइम ही अप्लाई किया और हाँ जी साड़ा वीजा लग गया जी बिल्कुल बिल्कुल बिल्कुल। अच्छा तुहाडा ये सहुरियां दा पिंड दस दिता भाई उन्होंने अपना मापियां दा पिंड कि जी मेरा पिंड भी बटाले तो है पेरेंट्स पठानकोट सैटअप हो गए सी ते फिर हुण पेरेंट्स उत्थे रहिंदे आ पठानकोट ही जी। ते हुण की अपने जिहड़े तुहाडे संगी साथी उन्हां नूं की सुनेहा दोगे जो कुछ तुसीं देख लिया? ये तो देखो एक दूसरा इंटरनेशनल देश आ जाता पाकिस्तान असीं सारे अपने सिख भरावां नूं और भैणां नूं यही आस करदे कि सारे एक बार आओ जरूर दर्शन दीदार करन ते जो रोज़ की अरदास असी कहने कि जिन्हों गुरद्वारा गुरधामा तो आप जी के पंथ में विछोड़ा गया है तिना के खुले दर्शन दीदार अपने खालसा पंथ में बख्शो तो वाहेगुरू अगे अरदास करते हैं कि सारा ही ये रस्ता खुले और आपसी भाईचारा जोड़ा है वो वधे और वाहेगुरू सारा तो मेरा बरियात रखन तो जेड़े जेड़े हम मिलने उ जाके सहेलियाँ या रिश्तेदारी कजन होंदियाँ दावत दो भी ਵਹਿਮ ਕੱਢਣ ਲਈ ਗੇੜਾ ਲਾਣਾ ਚਾਹੀਦਾ। ਬਿਲਕੁਲ ਜੀ ਬਿਲਕੁਲ ਇਹ ਜ਼ਰੂਰ ਉਹਨਾਂ ਨੂੰ ਕਹਾਂਗੇ ਕਿ ਜ਼ਰੂਰ ਜਾ ਕੇ ਦਰਸ਼ਨ ਕਰਨ ਔਰ ਇਸ ਤਰ੍ਹਾਂ ਦਾ ਕੋਈ ਵੀ ਨਹੀਂ ਹੈਗੀ ਗੱਲ ਕਿ ਪਾਕਿਸਤਾਨ ਜਾਓਗੇ ਤਾਂ ਤੁਹਾਡਾ ਵੀਜ਼ਾ ਜੀ ਫੋਰਨ ਕੰਟਰੀਜ਼ ਵਾਸਤੇ ਨਹੀਂ ਲੱਗੇਗਾ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਹੈ। ਮੇਰੇ ਹਸਬੈਂਡ ਆਪ ਕੈਨੇਡਾ ਤੋਂ ਹੋ ਕੇ ਆਏ ਨੇ ਪਹਿਲਾਂ ਅਤੇ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਇਹ ਤਾਂ ਆਪਸੀ ਭਾਈਚਾਰਾ ਔਰ ਸਾਂਝ ਹੈ ਵਧਾਉਣ ਦਾ ਇੱਕ ਜ਼ਰੀਆ ਆ ਅਤੇ ਪਰਮਾਤਮਾ ਸਾਰਿਆਂ 'ਤੇ ਕਿਰਪਾ ਕਰਨ ਔਰ ਓਬਵੀਅਸ ਹੈ ਕਿ ਮੇਰੇ ਨਾਲ ਦੇ ਸਾਥੀ ਮੇਰੇ ਜੋਬ ਵਿੱਚ ਜਿਹੜੇ ਨੇ ਉਹ ਜ਼ਰੂਰ ਆਉਣਗੇ ਔਰ ਮੈਂ ਕੋਸ਼ਿਸ਼ ਕਰੂੰਗੀ ਕਿ ਨੈਕਸਟ ਈਅਰ ਜਾਂ ਜੂਨ ਦੀ ਵਕੇਸ਼ਨ 'ਚ ਆਪਾਂ ਜ਼ਰੂਰ ਸਾਰੇ ਇਕੱਠੇ ਆਈਏ। ਅੱਛਾ ਮੇਰੀ ਭੈਣ ਤੂੰ ਮੈਨੂੰ ਇਹ ਦੱਸ ਪਈ ਆਪਣੇ ਜਿਹੜੇ ਵਡਾਰੂ ਸੀ ਉਹ ਇੱਥੋਂ ਹੀ ਗਏ ਸੀ ਜਾਂ ਉੱਥੋਂ ਦੇ ਸੀਗੇ? ਕੌਣ ਜੀ ਆਪਣੇ ਬੜੇ ਨਹੀਂ ਸਾਡੇ ਉੱਥੋਂ ਦੇ ਹੀ ਆ ਪੰਜਾਬ ਚੜ੍ਹਦੇ ਪੰਜਾਬ ਤੋਂ ਹੀ ਨੇ ਜੀ। ਸਾਡਾ ਪਿੰਡ ਕੋਟਲਾ ਸ਼ਰਫ ਆ ਜੀ ਸਾਡੇ ਪੁਰਾਣਾ ਜਿਹੜਾ ਵਾ ਸਾਡੇ ਪਿੰਡ 'ਚ ਬਜ਼ੁਰਗ ਹੈਗੇ ਸੀ ਉਹ ਦੱਸਦੇ ਸੀ ਉਦੋਂ ਮਤਲਬ ਇੰਨੀ ਸਮਝ ਨਹੀਂ ਸੀ ਉਹ ਦੱਸਦੇ ਸੀ ਵੀ ਇਹ ਪਿੰਡ ਜਿਹੜਾ ਸਾਡਾ ਪਿੰਡ ਜਿਹੜਾ ਵਾ ਇੱਕ ਮੁਸਲਮਾਨ ਵੱਲੋਂ ਜਿਹੜਾ ਸੀ ਉਹ ਵਸਾਇਆ ਗਿਆ ਸੀ ਅਤੇ ਉਦੋਂ ਇੰਨੀ ਸਮਝ ਨਹੀਂ ਸੀ ਹੁਣ ਜਦੋਂ ਸਮਝ ਆਈ ਆ ਹੁਣ ਉਹ ਬਜ਼ੁਰਗ ਚਲੇ ਗਏ ਆ ਅਤੇ ਹੁਣ ਫੀਲ ਹੁੰਦਾ ਵਾ ਵੀ ਉਹ ਚੀਜ਼ ਜਿਹੜੀ ਆ ਵੀ ਉਹ ਪੁੱਛਣੀ ਚਾਹੀਦੀ ਸੀ ਲਿਖਣੀ ਚਾਹੀਦੀ ਸੀ ਨੋਟ ਕਰਕੇ ਰੱਖਣੀ ਚਾਹੀਦੀ ਸੀ ਤਾਂ ਕਿ ਸਾਨੂੰ ਪਤਾ ਲੱਗ ਸਕਦਾ ਵੀ ਸਾਡਾ ਪਿੰਡ 'ਚ ਵੱਜਾ ਕਿਸ ਤਰ੍ਹਾਂ ਸੀ ਜਾਂ ਕਿੰਨੇ ਵੱਧਾ ਸੀ ਜਾਂ ਇੱਥੇ ਕੌਣ ਸੀ ਕਿਉਂਕਿ ਸਾਡਾ ਸਾਰਾ ਪਿੰਡ ਹੀ ਜਿਹੜਾ ਵਾ ਉਹ ਬਾਜਵਿਆਂ ਦਾ ਵਾ। ਤੁਸੀਂ ਵੀ ਬਾਜਵੇ ਹੋ ਜੀ ਅਤੇ ਦੇਖ ਲਓ ਵੀ ਮਜ਼ਬਾਂ ਦੀ ਵੰਡ ਹੋ ਗਈ ਬਾਜਵੇ ਤਾਂ ਇੱਥੇ ਵੀ ਬਹੁਤ ਆ ਸਾਡੇ ਵੀਰ ਨਹੀਂ ਉਹੀ ਆ ਜੀ ਸਾਡਾ ਵੇਖੋ ਪੰਜਾਬ ਆ ਜੀ ਸਾਡਾ ਆਪਣਾ ਦੇਸ਼ ਆ ਜੀ ਸਿਰਫ ਇਹ ਆ ਵੀ ਅਸੀਂ ਤਾਂ ਚਾਹੁੰਦੇ ਹਾਂ ਵੀ ਬਾਰਡਰ ਹੋਵੇ ਹੀ ਨਾ ਹੁਣ ਵੇਖੋ ਕਰਤਾਰਪੁਰ ਸਾਹਿਬ ਆ ਕਰਤਾਰਪੁਰ ਸਾਹਿਬ ਲੋਕ ਬਹੁਤੇ ਲੋਕ ਇਸ ਕਰਕੇ ਨਹੀਂ ਜਾ ਪਾਉਂਦੇ ਵੀ ਕਿਉਂਕਿ ਬਹੁਤੇ ਬਜ਼ੁਰਗ ਜਾਂ ਜਿਹੜੇ ਆਮ ਪਿੰਡਾਂ ਦੇ ਲੋਕ ਆ ਨਾ ਉਹਨਾਂ ਕੋਲ ਪਾਸਪੋਰਟ ਨਹੀਂ ਹੈਗਾ ਅਗਰ ਪਾਸਪੋਰਟ ਦੀ ਜਿਹੜੀ ਉਹ ਕੰਡੀਸ਼ਨ ਜਿਹੜੀ ਆ ਉਹ ਕਰ ਦਿੱਤੀ ਜਾਵੇ ਆਧਾਰ ਕਾਰਡ ਦਿੱਤਾ ਜਾਂ ਹੋਰ ਕੋਈ ਜਿਹੜਾ ਵਾ ਤੁਹਾਡੀ ਜਿਹੜੀ ਫੋਟੋ ਆਈਡੈਂਟੀ ਵਾਲਾ ਜਿਹੜਾ ਕਾਰਡ ਆ ਉਹਦੇ 'ਤੇ ਕੀਤਾ ਜਾਵੇ ਅਤੇ ਉੱਥੇ ਤਾਂ ਦੁਨੀਆ ਮਤਲਬ ਸਾਨੂੰ ਨੇੜੇ ਪੈਂਦਾ ਉੱਥੇ ਤਾਂ ਟਰਾਲੀਆਂ ਦੇ ਨਾਲ ਚਲੀ ਜਾਵੇ। ਦੇਖੋ ਜੀ ਅਸੀਂ ਆਪਣੇ ਚੈਨਲ ਦੇ ਰਾਹੀਂ ਸਾਡੀ ਤਾਂ ਤਜਵੀਜ਼ ਹੁੰਦੀ ਆ ਅਸੀਂ ਸਾਂਝੇ ਹਾਲ ਦੀ ਵੀ ਤਜਵੀਜ਼ ਦਿੱਤੀ ਸੀ 2016-17 ਦੇ ਵਿੱਚ ਉਸ ਤੋਂ ਬਾਅਦ ਫਿਰ ਕਰਤਾਰਪੁਰ ਦਾ ਲਾਂਘਾ ਇੱਕ ਬਹੁਤ ਬੜਾ ਵਧੀਆ ਪੁਆਇੰਟ ਬਣ ਗਿਆ ਜਿੱਥੇ ਤੁਸੀਂ ਆ ਕੇ ਸੁਬਹ ਸ਼ਾਮ ਆਪਣਾ ਫਿਰ ਅਸੀਂ ਤਜਵੀਜ਼ ਇੱਕ ਸਾਂਝੇ ਵਪਾਰ ਦੀ ਦਿੱਤੀ ਸੀਗੀ ਕਿਸੇ ਤਰ੍ਹਾਂ ਉਹਨੂੰ ਵੀ ਪਾਣੀ ਲੱਗੇਗਾ ਪਰ ਹੁਣ ਅਸੀਂ ਇਹ ਵੀ ਆਪਣੇ ਚੈਨਲ ਦੇ ਰਾਹੀਂ ਇੱਕ ਆਪਣੀ ਗੁਜ਼ਾਰਿਸ਼ ਰਿਕੁਐਸਟ ਅਰਜ਼ੀ ਪੇਸ਼ ਕਰਦੇ ਹਾਂ ਕਿ ਜਿਹੜੇ ਆਧਾਰ ਕਾਰਡ ਆ ਨਾ ਜੀ ਉਹਨਾਂ 'ਤੇ ਵੀ ਜਿਹੜਾ ਇੱਕ ਪੁਆਇੰਟ ਬਣਾ ਤਾ ਇੰਨੇ ਹਜ਼ਾਰਾਂ ਬੰਦਿਆਂ ਦੀ ਰੋਜ਼ ਦੀ ਕਪੈਸਿਟੀ ਆ ਉੱਥੇ ਅਤੇ ਉਹ ਵਿੱਚ ਪਾਸਪੋਰਟ ਦੇ ਕਾਰਨ ਨਹੀਂ ਆ ਸਕਦੇ ਜਿਵੇਂ ਦੇਖੋ ਜਿਸ ਤਰ੍ਹਾਂ ਉਹ ਕਹਿੰਦੇ ਆ ਵੀ ਉੱਥੇ ਸਾਡੀ ਮਤਲਬ ਜਿਹੜੀ ਆ ਰੋਜ਼ ਦੀ ਕਪੈਸਿਟੀ ਅਗਰ ਅਸੀਂ 3000 ਜਾਂ 5000 ਬੰਦਾ ਵੀ ਆ ਜਾਵੇ ਤਾਂ ਅਸੀਂ ਇੰਨਾ ਬੰਦੇ ਦਾ ਪ੍ਰਬੰਧ ਕਰ ਸਕਦੇ ਹਾਂ ਵੀ ਉਹ ਸਾਂਭ ਸਕਦੇ ਹਾਂ ਸਿਰਫ ਆਉਂਦੇ ਇਸ ਕਰਕੇ ਨਹੀਂ ਕਿਉਂਕਿ ਬਹੁਤਿਆਂ ਜਿਹੜੇ ਆਮ ਪੇਂਡੂ ਜਿਹੜੀ ਇਲਾਕੇ ਦੇ ਵਿੱਚ ਹੁੰਦੇ ਆ ਨਾ ਉਹਨਾਂ ਕੋਲ ਪਾਸਪੋਰਟ ਨਹੀਂ ਹੈਗਾ ਕਿਉਂਕਿ ਬਹੁਤਿਆਂ ਨੇ ਸੋਚਿਆ ਨਹੀਂ ਵੀ ਆਪਾਂ ਬਾਹਰ ਜਾਣਾ ਜੀ ਹੁਣ ਬਜ਼ੁਰਗ ਜਿਹੜੇ ਆ ਜਿਹੜੇ 50 ਸਾਲ ਤੋਂ ਉੱਪਰ ਚਲੇ ਗਏ ਆ ਉਹਨਾਂ ਨੂੰ ਹੁਣ ਲੋੜ ਵੀ ਨਹੀਂ ਪਾਸਪੋਰਟ ਦੀ ਅਤੇ ਅਗਰ ਇਹ ਚੀਜ਼ ਜਿਹੜੀ ਆ ਕੁਐਸ਼ ਹੋ ਜਾਵੇ ਜਿਹੜਾ ਪਾਸਪੋਰਟ ਵਾਲੀ ਕੰਡੀਸ਼ਨ ਆ ਅਤੇ ਮੈਂ ਅੱਜ ਵੀ ਕਹਿੰਦਾ ਉਹ 5000 ਕਹਿੰਦੇ ਅਸੀਂ 10000 ਦਾ ਜਿਹੜਾ ਉਹ ਉੱਥੋਂ ਤੱਕ ਪਹੁੰਚ ਸਕਦੇ ਤਾਦਾਦ ਬਹੁਤ ਜ਼ਿਆਦਾ ਵੱਧ ਜਾਣੀ ਆ ਵੱਧੇਗੀ ਜੀ ਬਹੁਤ ਜ਼ਿਆਦਾ ਵੱਧ ਜਾਏਗੀ ਜੀ ਅਸੀਂ ਚਾਹੁੰਦੇ ਵੀ ਬਾਰਡਰ ਸਾਡਾ ਖੁੱਲ੍ਹੇ ਵਪਾਰ ਸਾਡਾ ਖੁੱਲ੍ਹੇ ਅਸੀਂ ਸਾਰਾ ਜਿਹੜਾ ਇੱਕ ਜਿਹੜਾ ਵਧੀਆ ਭੈਣ ਭਰਾਵਾਂ ਨੂੰ ਭਾਈਚਾਰੇ ਨੂੰ ਜਿਹੜਾ ਵਰਤਿਆ ਜਾਵੇ ਅਤੇ ਦੋਵੇਂ ਜਿਹੜੇ ਪੰਜਾਬ ਆ ਜੀ ਉਹ ਖੁਸ਼ਹਾਲ ਹੋਣ ਅਤੇ ਵਧੀਆ ਆਨੰਦ ਮਾਣਨ ਜੀ। ਪਾਕਿਸਤਾਨ ਦੇ ਕੋਈ 4 ਸ਼ਹਿਰਾਂ ਦੇ ਨਾਂ ਦੱਸ ਦਿਓ। ਪਾਕਿਸਤਾਨ ਦੇ ਵੇਖੋ ਜੀ ਇੱਕ ਤਾਂ ਸਾਰਿਆਂ ਨੂੰ ਵੱਡਾ ਜਿਹੜਾ ਜੀ ਉਹ ਤਾਂ ਲਾਹੌਰ ਆ ਜੀ
मुल्तान है जी, पिशौर है जी, इस्लामाबाद है जी, होर भी जिहड़े काफ़ी शहर है। अज मैं आया पहली आ रहा जी, पढ़िया वा आया पहली आ रहा, देखांगे जी होर पढ़ांगे। इत्थे जिन्ना बाबे ने सद्या जी, साडा अपना घर है जी, चले गए हैं वंडे गए हैं, तो यदा मतलब कि थोड़ा भी घर भुल जाते हैं जी। घर तो अपने ही है, बिल्कुल जी अपने बिल्कुल जी, जड़ा तो है जी, पंजाबी हैं तो पंजाबी इधरला पंजाब भी साडा, उधरला भी साडा वा जी, इत सारा सांझा वा पंजाब जी। बहुत शुक्रिया जी बाई होना ने गल्लां बातां कीतियां, चढ़दे पंजाब चो आए सी, मोगे तो आए सी बाई होनी, वह परे साढ़े आ सीगे गुरदासपुरों, तो इन्हां नूं असीं जीआं नूं कहिंदे आ, और उम्मीद करदे आ कि हर मतलब जिहड़ा भी इवेंट आंदा इत्थे इस तरह ही ज़्यादा तो ज़्यादा लोग यूथ जिहड़ी ज़्यादा आया करे, ताकि ये जिहड़ी चीज़ असल आ ना हकीकत वो तुहाडे तक पहुँच के, पाकिस्तानी लोग सवाए प्यार तो होर कुछ नहीं देंदे जी। बहुत शुक्रिया जी।